ਭਾਈ ਮਰਦਾਨਾ ਜੀ ਦੀ ਜਦੋਂ ਇੱਕ ਦੇਵੀ ਦੇ ਅੱਗੇ ਬਲੀ ਦੇਣ ਲੱਗੇ ਤੇ ਦੇਵੀ ਨੇ ਮਹਾਰਾਜਾ ਦੀ ਤਾਉਣ ਕਿਉਂ ਲਾਈ ਅੱਜ ਦੀ ਸਾਖੀ ਦੀ ਵੀਡੀਓ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਇਸ ਤੋਂ ਪਹਿਲੇ ਜਿਹੜਾ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮਜ਼ੀਦ ਸਾਖੀ ਦੀ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਸੋ ਚੱਲ ਕੇ ਵੀਡੀਓ ਦੇਖਣੇ ਗੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਇੱਕ ਨਗਰ ਵਿੱਚ ਪਹੁੰਚ ਗਏ ਨਗਰ ਦੇ ਬਾਹਰਵਾਰ ਇਕ ਜਗ੍ਹਾ ਉੱਤੇ ਗੁਰੂ ਜੀ ਬੈਠ ਗਏ ਅਤੇ ਭਾਈ ਮਰਦਾਨਾ ਜੀ ਨਗਰ ਵਿੱਚ ਚਲੇ ਗਏ ਨਗਰ ਦੇ ਲੋਕਾਂ ਨੇ ਭਾਈ ਮਰਦਾਨੀ ਜੀ ਨੂੰ ਫੜ ਲਿਆ ਅਤੇ ਆਪਣੇ ਰਾਜੇ ਦੇ ਪਾਸ ਲੈ ਗਏ ਭਾਈ ਮਰਦਾਨਾ ਨੂੰ ਵੇਖ ਕੇ ਰਾਜਾ ਬਹੁਤ ਖੁਸ਼ ਹੋਇਆ ਰਾਜਾ ਮਾਤਾ ਦੁਰਗਾ ਦਾ ਉਪਾਸਕ ਸੀ ਰਾਜੇ ਨੇ ਕਿਹਾ ਮੈਂ ਇਸ ਨੂੰ ਦੇਵੀ ਦੀ ਭੇਟਾ ਦੇਵਾਂਗਾ ਰਾਜਾ ਬੜੀ ਖੁਸ਼ੀ ਨਾਲ ਪਾਈ ਮਰਦਾਨੇ ਜੀ ਨੂੰ ਲੈ ਕੇ ਮਾਤਾ ਦੇ ਮੰਦਰ ਚੱਲ ਪਿਆ ਪਿੱਛੇ-ਪਿੱਛੇ ਉੱਥੂ ਦੇ ਲੋਕ ਚੱਲ ਪਏ ਉਸ ਸਮੇਂ ਪਾਈ ਮਰਦਾਨੇ ਜੀ ਨੇ ਮਨ ਵਿੱਚ ਵਿਚਾਰ ਕੀਤੀ ਮਰਨਾ ਜਮਣਾ ਵੀ ਇੱਕ ਪਰਦਾ ਹੀ ਹੈ ਜਿਕਰ ਕਾਲ ਨੇ ਗਰਸਣਾ ਹੈ ਤਾਂ ਕਿਸੇ ਨੇ ਰੱਖਣਾ ਨਹੀਂ ਜਿਕਰ ਸਮਾਂ ਨਹੀਂ ਹੈ ਤਾਂ ਕਿਸੇ ਨੇ ਮਾਰਨਾ ਨਹੀਂ ਉਹ ਕਰਤਾਰ ਆਪ ਹੀ ਰੱਖਾ ਹੈ ਜਦੂ ਪਾਈ ਮਰਦਾਨਾ ਜੀ ਨੂੰ ਦੇਵੀ ਦੇ ਮੰਦਰ ਵਿੱਚ ਲੈ ਗਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਕਟਾਂ ਦੀ ਜਨਰ ਹਾਰੇ ਉਸੇ ਪਲ ਪਾਈ ਮਰਦਾਨੇ ਕੋਲ ਪਹੁੰਚ ਗਏ ਅਤੇ ਕੀ ਵੇਖਦੇ ਹਨ ਕਿ ਮਾਤਾ ਨੂੰ ਪਾਈ ਮਰਦਾਨੇ ਦੀ ਬਲੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਭ ਲੋਕ ਖੜੇ ਹਨ ਉਸੇ ਸਮੇਂ ਰਾਜੇ ਨੇ ਜਲਾਦ ਨੂੰ ਆਖਿਆ ਇਸ ਨੂੰ ਝਟਕਾ ਦਿਓ ਤਾਂ ਜਲਾਦ ਜਦੋਂ ਤਲਵਾਰ ਖਿੱਚ ਕੇ ਪਾਈ ਮਰਦਾਨਾ ਜੀ ਨੂੰ ਮਾਰਨ ਲੱਗਾ ਤਾਂ ਦੇਵੀ ਦੀ ਪ੍ਰਤਿਮਾ ਵਿੱਚੋਂ ਦੁਰਗਾ ਨੇ ਪ੍ਰਗਟ ਹੋ ਕੇ ਉਸ ਜਲਾਦ ਦੇ ਹੱਥੋਂ ਤਲਵਾਰ ਫੜ ਕੇ ਰਾਜਾ ਦਾ ਸਿਰ ਕੱਟ ਦਿੱਤਾ ਇਹ ਵੇਖ ਕੇ ਸਭ ਲੋਕ ਹੈਰਾਨ ਰਹਿ ਗਏ ਉਸੇ ਸਮੇਂ ਗੁਰੂ ਜੀ ਨੇ ਮਾਤਾ ਦੇ ਹੱਥੋਂ ਤਲਵਾਰ ਖੋ ਲਈ ਅਤੇ ਕਿਹਾ हे ਦੇਵੀ ਰਾਜਾ ਤਾਂ ਤੇਰਾ ਉਪਾਸਕ ਸੀ ਤੇ ਪਾਈ ਮਰਦਾਨਾ ਜੀ ਕਰਤਾਰ ਦੇ ਭਰੋਸੇ ਵਾਲਾ ਸੀ ਦੇਵੀ ਨਿਆਖਿਆ ਤਪਾ ਜੀ ਜੋ ਕਰਤਾਰ ਦੇ ਹਨ ਉਹਨਾਂ ਦੀ ਮੈਂ ਦਾਸੀ ਹਾਂ ਇਹ ਦੇਖ ਕੇ ਉੱਤੂ ਦੇ ਲੋਕ ਬਾਬੇ ਨਾਨਕ ਜੀ ਦੇ ਪੈਰਾਂ ਤੇ ਢੇਪ ਪਏ ਤੇ ਗੁਰੂ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਦਿੱਤਾ ਅਤੇ ਪਾਹੁਲ ਦਿੱਤੀ ਨਾਮ ਦਾ ਉਪਦੇਸ਼ ਦਿੱਤਾ ਰਾਜੇ ਦੇ ਪੁੱਤਰ ਨੂੰ ਕਹਿ ਕੇ ਨਗਰ ਵਿੱਚ ਇੱਕ ਧਰਮਸ਼ਾਲਾ ਬਣਵਾਈ ਅਤੇ ਕਿਹਾ ਕਿ ਧਰਮ ਦੀ ਕੀਰਤ ਕਰਨੀ ਹੈ ਆਇ ਸਾਧ ਸੰਤ ਦੀ ਸੇਵਾ ਕਰਨੀ ਹੈ ਸਤਨਾਮ ਦਾ ਜਾਪ ਕਰਨਾ ਦਿਆ ਕਰਨੀ ਇਹ ਸਿੱਖਿਆ ਦੇਕਰ ਉੱਥੂ ਗੁਰੂ ਜੀ ਵਿਦਿਆ ਹੋਏ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਦੋਸਤੋ ਸਾਕੀ ਦੀ ਵੀਡੀਓ ਤੋਂ ਸਾਨੂੰ ਇਹ ਸਬਕ ਮਿਲਦਾ ਵੈ ਕਿ तमाम ਦੁਨੀਆਂ ਦਾ ਖਾਲਕ ਮਾਲਕ ਸਿਰਫ ਅੱਲਾ ਰਬੁਲ ਇਜ਼ਜ਼ ਦੀ ਜ਼ਾਤ ਹੈ ਕੋਈ ਦੇਵੀ ਦੇਵਤਾ ਜਾਂ ਕੋਈ ਦੂਸਰਾ ਬੰਦਾ ਇਸ ਦੁਨੀਆ ਦਾ ਖਾਲਕ ਨਹੀਂ ਹੈ ਜਿਹੜੇ ਦੇਵੀ ਦੇਵਤਾ ਵਾ ਉਹ ਵੀ ਅੱਲਾ ਪਾਕ ਦੀ ਜ਼ਾਤ ਨੂੰ ਮੰਨਦੇ ਆ ਤੇ ਉਹਦੇ ਹੀ احਕਾਮਾਂ ਤੇ ਚੱਲਦੇ ਆ ਲੇਕਿਨ ਇਹ ਸਾਡੇ ਲੋਕਾਂ ਦੀ ਆਪਸ ਵਿੱਚ ਕੁਝ ਇਸ ਤਰ੍ਹਾਂ ਦੇ ਸਾਡੇ ਪੰਡਤਾਂ ਨੇ ਮੌਲਵੀਆਂ ਨੇ ਜਾਂ ਸਾਡੇ ਜਿਹੜੇ ਹੈ ਅੱਗੇ ਚੱਲਣ ਵਾਲੇ ਉਹਨਾਂ ਨੇ ਇਹ ਸਾਨੂੰ ਇਸ ਬੰਨੇ ਲਾ ਦਿੱਤਾ ਵਾ ਕਿ ਆਪਣੇ ਉਹਨਾਂ ਨੇ ਦੁਕਾਨਦਾਰੀ ਚਮਕਾਉਣ ਦੀ ਖਾਤਰ ਆਪਣਾ ਪੇਟ ਭਰਨ ਦੀ ਖਾਤਰ ਉਹਨਾਂ ਨੇ ਵਾਹਿਗੁਰੂ ਉਹ ਵਾਲੀ ਸਾਈਡ ਤੋਂ ਹਟਾ ਕੇ ਸਾਨੂੰ ਤੇ ਦੇਵੀ ਦੇਵਤਿਆਂ ਦੀ ਪੂਜਾ ਦੇ ਤਲਾਅਤਾ ਕਿ ਮੁxtਲਫ ਕਿਸਮ ਦੀਆਂ ਗਲਤ ਰਸਮਾਂ ਮਜ਼ਬਦ ਦੇ ਅੰਦਰ ਆ ਗਈਆਂ ਵੈ ਜਿਹਦੀ ਵਜ੍ਹਾ ਤੋਂ ਸਿਰਫ ਉਹ ਸਿਰਫ ਫਾਇਦਾ ਜਿਹੜੇ ਵੈ ਉਹ ਜਿਹੜੇ ਅੱਗੇ ਲਗੇ ਐ ਜਿਹੜੇ ਠੇਕੇਦਾਰ ਆਪਣਾ ਉਹਨੂੰ ਕਹਿੰਦੇ ਐ ਮਜ਼ਬਦ ਦੇ ਉਹ ਲੈ ਰਹੇ ਐ ਬਾਕੀ ਜਿਹੜੀ ਆਵਾਮ ਨੂੰ ਗੁੰਮਰਾ ਕੀਤਾ ਜਾਂਦਾ ਵੈ ਉਹਨਾਂ ਨੂੰ ਮੁxtਲਫ ਗਲਤ ਰਾਹਾਂ ਤੇ ਲਾਇਆ ਜਾਂਦਾ ਵੈ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਸਾਖੀ ਤੋਂ ਸਾਨੂੰ ਇਹ ਪਤਾ ਚੱਲਦਾ ਵੈ ਕਿ ਜਿਹੜਾ ਅਸਲ ਇਸ ਦੁਨੀਆ ਦਾ ਮਾਲਕ ਹੈ ਦੁਨੀਆ ਦਾ ਖਾਲਕ ਹੈ ਤੇ तमाम ਦੁਨੀਆ ਦਾ ਪਾਲਣੇ ਵਾਲਾ ਵੈ ਤੇ ਇਹਨੂੰ ਬਣਾਉਣੇ ਵਾਲਾ ਵੈ ਉਹ ਵਾਹਿਗੁਰੂ ਦੀ ਜਾਤ ਹੈ ਤੇ तमाम ਦੇਵੀ ਦੇਵਤਾ ਅੰਬੀਆ ਕਰਾਮ ਤੇ ਗੁਰੂ ਸਹਿਬਾਨ ਉਹ ਉਸੇ ਇੱਕ ਖੁਦਾ ਦੀ ਵਾਹਿਗੁਰੂ ਦੀ ਇਬਾਦਤ ਕਰਦੇ ਆ ਤੇ ਉਸੇ ਨੂੰ ਹੀ ਆਪਣਾ ਸਭ ਕੁਝ ਮੰਨਦੇ ਆ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ